ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤਾਂ ਨੂੰ ਮੈਨੂੰ ਇਹ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਜਿਵੇਂ ਪਿੱਛੇ ਅਖੰਡ ਕੀਰਤਨੀ ਜੱਥੇ ਨੇ ਇਹ ਫੈਸਲਾ ਕੀਤਾ ਸੀ ਕਿ ਅੰਮ੍ਰਿਤਸਰ ਵਿਖੇ ਜੋ ਸਾਲਾਨਾ ਵਿਸਾਖੀ ਸਮਾਗਮ ਹੁੰਦਾ ਹੈ ਉਸ ਸਮਾਗਮ 'ਤੇ ਇਸ ਵਾਰੀ ਈਕੋ ਸਿੱਖ ਜੱਥੇਬੰਦੀ ਨਾਲ ਰਲ ਕੇ ਔਰਗੈਨਿਕ ਲੰਗਰ ਦਾ ਪ੍ਰਬੰਧ ਕੀਤਾ ਜਾਵੇਗਾ। ਸੋ ਅੱਜ ਵਿਸਾਖੀ ਵਾਲੇ ਦਿਨ ਇੱਥੇ ਸੰਤ ਸੇਵਾ ਸਿੰਘ ਹਾਲ ਅਜੀਤ ਨਗਰ ਅੰਮ੍ਰਿਤਸਰ ਵਿਖੇ ਔਰਗੈਨਿਕ ਲੰਗਰ ਦਾ ਪ੍ਰਬੰਧ ਕੀਤਾ ਗਿਆ ਔਰ ਜਿੱਥੇ ਹਜ਼ਾਰਾਂ ਹੀ ਸੰਗਤਾਂ ਨੇ ਇਹ ਲੰਗਰ ਛਕਿਆ ਅਤੇ ਆਨੰਦ ਮਾਣਿਆ। ਮੈਂ ਆਉਣ ਵਾਲੀ ਸਾਰੀ ਪੀੜ੍ਹੀਆਂ ਦੇ ਵੈਲਫੇਅਰ ਨੂੰ ਮੁੱਖ ਰੱਖਦਾ ਹੋਇਆ, ਕਿਉਂਕਿ ਜੋ ਸਾਡੀ ਜਨਰੇਸ਼ਨ ਹੈ, ਫਿਊਚਰ ਜਨਰੇਸ਼ਨ ਹੈ, ਉਸ ਬਾਰੇ ਸਾਨੂੰ ਕਾਫ਼ੀ ਚਿੰਤਿਤ ਹੋਣ ਦੀ ਲੋੜ ਹੈ। ਅੱਜ ਕੱਲ੍ਹ ਜੋ ਵੀ ਪ੍ਰੋਡਕਟਸ ਹਨ, ਭਾਵੇਂ ਸਬਜ਼ੀਆਂ ਹਨ, ਦਾਲਾਂ ਹਨ, ਕਣਕ ਹੈ, ਇਹ ਸਾਰੇ ਇਨਸੈਕਟੀਸਾਈਡਸ ਅਤੇ ਪੈਸਟੀਸਾਈਡਸ ਨਾਲ ਮਿਕਸ ਹੋਏ ਹੋਏ ਹਨ, ਜਿਹਦਾ ਕਿ ਜੋ ਮਨੁੱਖੀ ਹੈਲਥ ਹੈ ਉਹਦੇ 'ਤੇ ਮਾੜਾ ਅਸਰ ਪੈ ਰਿਹਾ ਹੈ। ਸੋ ਮੈਂ ਸਾਰੇ ਹੀ ਜਥੇਬੰਦੀਆਂ ਨੂੰ, ਭਾਵੇਂ ਧਾਰਮਿਕ ਜਥੇਬੰਦੀਆਂ ਹਨ, ਸਮਾਜਿਕ ਜਥੇਬੰਦੀਆਂ ਹਨ, ਉਹਨਾਂ ਨੂੰ ਅਪੀਲ ਕਰਦਾ ਕਿ ਉਹ ਵੀ ਇਸ ਗੱਲ ਪ੍ਰਤੀ ਸੁਚੇਤ ਹੋਣ, ਫਿਊਚਰ ਜਨਰੇਸ਼ਨ ਦੇ ਭਲਾਈ ਵਾਸਤੇ ਆਉਣ ਵਾਲੇ ਸਮੇਂ ਵਿੱਚ ਔਰਗੈਨਿਕ ਲੰਗਰ ਦਾ ਹੀ ਪ੍ਰਬੰਧ ਕਰਨ। ਨਾਲ ਹੀ ਜੋ ਸਾਡੇ ਕਿਸਾਨ ਭਰਾ ਹਨ, ਉਹਨਾਂ ਨੂੰ ਵੀ ਮੈਂ ਅਪੀਲ ਕਰਦਾ ਹਾਂ ਕਿ ਉਹ ਵੀ ਆਪਣੀ ਜ਼ਮੀਨ ਵਿੱਚ ਔਰਗੈਨਿਕ ਖੇਤੀ ਦਾ ਪ੍ਰਬੰਧ ਕਰਨ, ਤਾਂ ਜੋ ਔਰਗੈਨਿਕ ਜਿੰਨੇ ਵੀ ਪ੍ਰੋਡਕਟਸ ਹਨ ਉਹਨਾਂ ਦੀ ਜੋ ਸਪਲਾਈ ਹੈ, ਉਹਨਾਂ ਦੀ ਜਿਹੜੀ ਅਵੇਲੇਬਿਲਟੀ ਹੈ, ਉਹ ਸੰਗਤਾਂ ਵਿੱਚ ਈਜ਼ੀਲੀ ਬਣਾਈ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।